ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਾਂ ਜਿੱਦਾਂ ਕਿ ਸਾਰਿਆਂ ਨੇ ਚਾਰਾ ਕੁਤਰਨ ਵਾਲੀਆਂ ਮਸ਼ੀਨਾਂ ਤਾਂ ਬਹੁਤ ਦੇਖੀਆਂ, ਪਰ ਅੱਜ ਤੁਹਾਨੂੰ ਬਾਲਣ ਕੁਤਰਨ ਵਾਲੀ ਮਸ਼ੀਨ ਦਿਖਾਉਣੇ ਆ, ਜੋ ਕਿ ਇੱਥੇ ਗੁਆਂਢ 'ਚ ਹੀ ਚੱਲਦੀ ਸੀਗੀ। ਜਮਾਂ ਹੀ ਪੱਠਿਆਂ ਨੂੰ ਬਰੀਕ ਬਰੀਕ ਕਰੀ ਜਾ ਰਹੀ ਬਾਲਣ। ਐਡਾ ਐਡਾ ਮੋਟਾ, ਹਾਂ ਕਿੱਥੋਂ ਆਏ ਤੁਸੀਂ ਵੀਰੇ? ਅਸੀਂ ਆਏ ਹਾਂ ਮੁਕਤਸਰ ਤੋਂ, ਜੱਸੀਆਂ ਪਿੰਡ ਆਪਣੇ। ਅੱਛਾ, ਫਸਲ ਵਾਹਵਾ ਬਰਬਾਦ ਹੋ ਗਈ ਹੈ ਨਾ? ਇਹ ਮਸ਼ੀਨ ਵਾਹਵਾ ਚੜਦੀ ਹੈ ਤੁਹਾਡੇ ਕੋਲ? ਹਾਂ ਜੀ। ਇਹ ਜਿਹੜਾ ਤੁਸੀਂ ਆ ਕੁਤਰਦੇ ਹੋ ਬਾਲਣਾ, ਜਿਹੜਾ ਵਿੱਚ ਪਾਇਆ ਇਹਦੇ ਟਰਾਲੀ ਦੇ, ਇਹ ਕਿੱਥੇ ਜਾਂਦਾ? ਇਹ ਉੱਥੇ ਆਪਣੇ ਪਲਾਟ ਨਹੀਂ ਖਰਾਬੇ ਵਾਲੇ ਬਣਿਆ, ਹਾਂ ਗੱਠਾਂ ਵਾਲਾ, ਉੱਥੇ ਇਹਦਾ ਕੀ ਕਰਦੇ ਆ? ਉਹਦੇ ਵਿੱਚ ਊਂ ਤਾਂ ਮਚਾਉਂਦੇ ਉਹ। ਅੱਛਾ, ਅਤੇ ਇੱਕ ਉਹਨਾਂ ਨੇ ਵਿੱਚ ਉਹ ਲਾਇਆ ਜਿਹੜਾ ਤੇਲ ਕੱਢਣ ਵਾਲੀ ਫੈਕਟਰੀ। ਠੀਕ ਆ, ਜਿਹੜਾ ਉਹ ਤੇਲ ਕੱਢ ਕੇ ਅਤੇ ਮੁੜ ਕੇ ਉਹਨੂੰ ਦੂਜੇ ਜਿਹੜੇ ਸੁਲਕੇ ਰਹਿ ਜਾਂਦੇ ਉੱਤੇ, ਅਤੇ ਉਹ ਮਚਾ ਦਿੰਦੇ ਅੱਗ ਦੇ ਵਿੱਚ। ਅਤੇ ਇਹ ਕਿੰਨਾ ਵਜਨ ਆ ਜਾਂਦਾ ਟਰਾਲੀ 'ਚ? ਇਹ ਤਾਂ ਬਾਈ ਪਤਾ ਕੀ ਗੱਲ ਆ, ਕਈ ਵਾਰ ਤਾਂ 20 ਕੁਇੰਟਲ ਵੀ ਰਹਿ ਜਾਂਦਾ। ਅੱਛਾ, ਕਿਤੇ 50 ਵੀ ਹੋ ਜਾਂਦਾ, ਹਰ 70 ਵੀ ਹੋ ਜਾਂਦਾ, ਉਹ ਵਢਾਉਣ ਦੇ ਹਿਸਾਬ ਨਾਲ ਹੁੰਦਾ ਜੀ। ਇਹ ਸਾਰੀ ਲੇਬਰ ਤੁਹਾਡੇ ਪਿੰਡ ਦੀ? ਹਾਂ ਜੀ। ਉਹ ਜਾਵੇ ਹੋਰ ਵੱਢਣ ਵਾਲੇ। ਕਿੰਨੇ ਕੁਇੰਟਲ ਹੋ ਗਿਆ ਬਾਲਣ ਇੱਥੋਂ? ਇਹ ਤੋਲੇ ਤਾਂ ਪਤਾ ਲੱਗੂਗਾ ਜੀ, ਹਾਲੇ ਤੋਲਿਆ ਨਹੀਂ। ਹੈ ਨਹੀਂ। ਲੈ ਕੇ ਕਿੱਥੇ ਜਾਂਦੇ ਸੀ ਪੈਦੇ? ਇਹ ਤਾਂ ਮੁਕਤਸਰ ਹੀ ਜਾਂਦਾ ਪੈਦੇ ਤਾਂ। ਕੀ ਰੇਟ ਜਾਂਦਾ? ਪਤਾ ਨਹੀਂ, ਉਹ ਤਾਂ ਫੈਕਟਰੀ, ਉਹਨਾਂ ਨੂੰ ਪਤਾ ਵੀ ਕੀ ਰੇਟ ਲੱਗਦਾ। ਉਹ ਜਿਹੜੀ ਪਲਾਈ ਵਾਲੀ ਫੈਕਟਰੀ ਉੱਥੇ ਹੈ ਨਾ? ਅੱਛਾ ਅੱਛਾ, ਉੱਥੇ ਜਾਂਦਾ। ਇਹ ਬਾਲਣ ਵੀ ਸਾਰਾ ਉੱਥੇ ਹੀ ਹੈ? ਉੱਥੇ ਉਹਨਾਂ ਨੇ ਇੱਕ ਖੋਲ੍ਹੀ ਹੋਰ, ਉਹ ਬਣਾਉਂਦੇ ਆ ਉਹ ਰੂਬ ਲਾਇਆ, ਹਾਂ ਜਿਹੜਾ ਅੱਗ ਬਾਲਣ ਵਾਸਤੇ ਗਿੱਟੀ ਜੀ। ਅੱਛਾ ਅੱਛਾ, ਉਹ ਵੀ ਲਵਾਈ ਜਾਂਦੇ ਵਿੱਚ। ਠੀਕ, ਟਰੈਕਟਰ ਕਿਹੜਾ? ਸੋਨਾਲੀ ਕਾ 60? ਹਾਂ ਜੀ। ਮੈਂ ਤਾਂ ਮਸ਼ੀਨ ਜੀ ਚੱਲਦੀ ਵੇਖਣ ਆਇਆ ਸੀ, ਆਉਂਦਿਆਂ ਨੂੰ ਬੰਦ ਹੀ ਕਰਤੀ ਤੁਸੀਂ? ਨਹੀਂ, ਵਿਖਾ ਦਿੰਦੇ ਹੁਣੇ, ਇੱਕ ਮਿੰਟ ਉਹ ਟਰੈਕਟਰ ਮਾੜਾ ਪਾਸੇ ਕਰ ਲਏ, ਡੰਡੇ ਸੱਟ ਕੇ ਵਿਖਾ ਦੇਣੇ ਤੈਨੂੰ ਥੋੜ੍ਹੀ ਵੀਡੀਓ।
ਬਜ਼ੁਰਗਾਂ ਨੂੰ ਠੰਡ ਬਹੁਤ ਲੱਗਦੀ ਹੈ ਨਾ ਨਹੀਂ ਹੈਂ ਫੋਟੋ ਥੋੜ੍ਹੀ ਲਾਉਣਾ ਵੀਡੀਓ ਬਣਾਉਣਾ ਪਾਣੀ ਲਾ ਕੇ ਆਇਆ ਬਾਪੂ ਪਾਣੀ ਯਾਰ ਲਾਈਟ ਤਾਂ ਬੰਦ ਆ ਕੁੰਡੀ ਲਾਈ ਉੱਥੋਂ ਅੱਛਾ ਅਤੇ ਸਵੇਰੇ ਹੋਣੀ ਜਿਵੇਂ ਠੀਕ ਹੈ ਹਾਂਜੀ ਸੋ ਆਪਣੀ ਵੀਡੀਓ ਕਿੱਦਾਂ ਲੱਗੀ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਣਾ ਯੂਟਿਊਬ ਚੈਨਲ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਦੇ ਨਾਲ ਆਲ ਦਾ ਬੈਸਟ